ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਬਹੁਤ ਬਹੁਤ ਸਵਾਗਤ ਹੈ ਸਟੂਡੈਂਟ ਸਾਰਿਆਂ ਦਾ। ਅੱਜ ਜਰਮਨੀ ਦਾ ਸਟੱਡੀ ਵੀਜ਼ਾ ਤੁਹਾਡੇ ਨਾਲ ਡਿਸਕਸ ਕਰਾਂਗੇ। ਤਿੰਨ ਵੱਡੇ ਰੀਜ਼ਨ ਤੁਹਾਡੇ ਨਾਲ ਡਿਸਕਸ ਕਰਾਂਗੇ ਜਰਮਨੀ ਜਾਣ ਦੇ। ਸੋ ਇਸ ਪ੍ਰੈਜ਼ੈਂਟ ਸਿਨਾਰੀਓ ਦੇ ਡਿਸਕਸ਼ਨ ਵੀ ਕਰਾਂਗੇ ਕਿ ਅੱਜ ਦੀ ਡੇਟ ਦੇ ਵਿੱਚ ਜਰਮਨੀ ਦੀ ਰੈਲੇਵੈਂਸ ਬਹੁਤ ਜ਼ਿਆਦਾ ਕਿਉਂ ਵੱਧ ਗਈ ਹੈ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ। ਕੰਵਰ ਸਾਹਿਬ ਬਹੁਤ ਬਹੁਤ ਸਵਾਗਤ। ਥੈਂਕ ਯੂ ਦੀਪਕ ਜੀ, ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ। ਸੋ ਸਟਾਰਟ ਕਰਦੇ ਹਾਂ ਜਰਮਨੀ ਦੇ ਤਿੰਨ ਵੱਡੇ ਫਾਇਦਿਆਂ ਤੋਂ, ਕੀ ਐਡਵਾਂਟੇਜਸ ਨੇ? ਦੇਖੋ ਇਸ ਟਾਈਮ ਜਰਮਨੀ ਦਾ ਕਾਫੀ ਸਟੂਡੈਂਟ ਰੁੱਖ ਕਰੀ ਜਾਂਦੇ ਆ ਘੱਟ ਨੌਲੇਜ ਦੇ ਨਾਲ। ਮੈਂ ਕਹੂੰਗਾ, ਮੈਂ ਨਹੀਂ ਕਹਿੰਦਾ ਵੀ ਜਰਮਨੀ ਨਾ ਕਰੋ, ਮੈਂ ਖੁਦ ਜਰਮਨੀ ਕਰਦਾ, ਸਾਰੀਆਂ ਡਿਟੇਲਾਂ ਵੀ ਅੱਜ ਵਾਲੇ ਸ਼ੋਅ 'ਚ ਦਊਂਗਾ। ਬਟ ਕਿਉਂਕਿ ਕਿਤੇ ਨਾ ਕਿਤੇ ਆਸਟ੍ਰੇਲੀਆ ਇਸ ਟਾਈਮ ਨਾ ਕਰ ਚੁੱਕਾ ਹੈ, ਕਨੇਡਾ ਅੱਧੀ ਪਚੱਧੀ ਨਾ ਕਰ ਚੁੱਕਾ ਹੈ, ਯੂਕੇ ਕਈ ਜਾਣਾ ਚਾਹੁੰਦੇ ਨੇ, ਕਈ ਕਨਫਿਊਜ਼ ਨੇ, ਹੁਣ ਉਹਦੇ ਵਿੱਚ ਜਰਮਨੀ ਇੱਕ ਹੋਰ ਡੈਸਟੀਨੇਸ਼ਨ ਜਿਹੜਾ ਇਸ ਟਾਈਮ ਉੱਭਰ ਰਿਹਾ ਜਿੱਥੇ ਬੱਚਿਆ ਜਾਣਾ ਚਾਹੁੰਦਾ। ਸੋ ਜਰਮਨੀ ਡੈਫੀਨੇਟਲੀ ਬਹੁਤ ਸ਼ਾਨਦਾਰ ਕੰਟਰੀ ਹੈ, ਵਰਲਡ ਦੀ ਤੀਜੀ ਵੱਡੀ ਇਕੋਨਮੀ ਹੈ। ਇੱਦਾਂ ਦੇ ਗੁਣਗਾਣ ਵੈਸੇ ਮੈਨੂੰ ਕਰਨ ਦੀ ਲੋੜ ਨਹੀਂ, ਤੁਸੀਂ ਗੂਗਲ ਕਰੋਗੇ ਇਹ ਚੀਜ਼ਾਂ ਮਿਲ ਜਾਣੀਆਂ। ਟੈਕਨੀਕਲੀ ਗੱਲ ਕਰੀਏ, ਹੁਣ ਸਟੂਡੈਂਟ ਦੇ ਵਿੱਚ ਡੈਫੀਨੇਟਲੀ ਜਿਹੜਾ ਰੁਝਾਨ ਹੈ ਜੀ ਵੱਧ ਰਿਹਾ, ਔਰ ਯੂਰਪ ਹੁਣ ਖੁੱਲ੍ਹ ਵੀ ਰਿਹਾ, ਕਿਉਂਕਿ ਯੂਰਪ ਦੀ ਵੀ ਪ੍ਰੋਬਲਮ ਉਹੀ ਹੈ ਜੋ ਕਨੇਡਾ ਦੀ ਹੈ, ਪਾਪੂਲੇਸ਼ਨ। ਸੋ ਕਿਤੇ ਨਾ ਕਿਤੇ ਉਹ ਖੁੱਲ੍ਹ ਰਿਹਾ, ਨਹੀਂ ਤਾਂ ਕਿਸੇ ਨੇ ਸੋਚਿਆ ਨਹੀਂ ਸੀ ਕਿ ਫਿਨਲੈਂਡ ਲੋਕ ਸਟੂਡੈਂਟ ਵੀਜ਼ੇ 'ਤੇ ਜਾਣਗੇ, ਸਵੀਡਨ ਜਾਣਗੇ, ਸਵਿਟਜ਼ਰਲੈਂਡ ਜਾਣਗੇ, ਇਟਲੀ ਜਾਣਗੇ। ਸੋ ਇਹ ਸਾਰੀਆਂ ਕੰਟਰੀਆਂ ਨੇ ਵੀ ਆਪਣੇ ਦਰਵਾਜ਼ੇ ਖੋਲ੍ਹੇ ਆ, ਉਹਨਾਂ 'ਚੋਂ ਜਰਮਨੀ ਡੈਫੀਨੇਟਲੀ ਇੱਕ ਟੋਪ ਕਲਾਸ ਕੰਟਰੀ ਹੈ ਜਦੋਂ ਇੰਟਰਨੈਸ਼ਨਲ ਐਜੂਕੇਸ਼ਨ ਦੀ ਗੱਲ ਆਉਂਦੀ ਹੈ। ਤਾਂ ਅੱਜ ਕੱਲ੍ਹ ਸਟੂਡੈਂਟ ਉਹਦੇ 'ਚ ਬਹੁਤ ਜਾ ਰਿਹਾ, ਉਹਦਾ ਜਿਹੜਾ ਪ੍ਰੋਸੈਸ ਹੈ ਉਹਦਾ ਕਾਫੀ ਬੈਨੀਫਿਟ ਨੇ ਉਹਦੇ ਵਿੱਚ। ਪਹਿਲਾਂ ਵਿਆਹ ਹੋ ਜਾਂਦਾ ਕਿ ਜਿਹੜਾ ਗੈਪ ਹੈ ਉਹ ਬਹੁਤ ਜ਼ਿਆਦਾ ਚੱਲਦਾ। ਸੋ ਕਾਨੂੰਨ ਤਾਂ 10 ਸਾਲ ਤੱਕ ਦਾ ਵੀ ਅਸੈਪਟੇਬਲ ਹੈ ਯੂਨੀਵਰਸਿਟੀ ਵੱਲੋਂ, ਬਟ ਮੈਂ ਸੁਜੈਸਟ ਕਰੂੰਗਾ ਵੀ ਪਲੱਸ ਟੂ ਵਾਲੇ ਦਾ 3-4 ਸਾਲ ਤੋਂ ਜ਼ਿਆਦਾ ਨਾ ਹੋਵੇ ਤਾਂ ਵਧੀਆ। ਦੂਸਰਾ, ਇਹਦੇ 'ਚ ਇੰਗਲਿਸ਼ ਦੀ ਰਿਕੁਆਇਰਮੈਂਟ ਘੱਟ ਹੈ, ਓਵਰਆਲ 50 ਚਾਹੀਦੇ ਨੇ, 42 ਈਚ ਚਾਹੀਦੇ ਆ। ਇਹ ਇੱਕ ਦੂਜਾ ਵੱਡਾ ਫਾਇਦਾ ਜਿਹੜਾ ਬੱਚਿਆਂ ਨੂੰ ਹੋ ਜਾਂਦਾ ਇੱਥੇ। ਤੀਸਰਾ ਵੱਡਾ ਬੈਨੀਫਿਟ ਆ ਹੋ ਜਾਂਦਾ ਕਿ ਜਰਮਨੀ ਦਾ ਵੀਜ਼ਾ ਲੈਣ ਦੇ ਨਾਲ ਤੁਹਾਡੇ ਕੋਲ 27 ਕੰਟਰੀਆਂ ਦਾ ਐਕਸੈਸ ਆ ਜਾਂਦਾ, ਮਤਲਬ ਤੁਸੀਂ ਬਾਕੀ 20 ਸ਼ੈਨੇਗਨ ਕੰਟਰੀਆਂ 'ਚ ਬਿਨਾਂ ਕੋਈ ਹੋਰ ਵੀਜ਼ਾ ਲਏ ਜਦੋਂ ਮਰਜ਼ੀ ਟਰੈਵਲ ਕਰ ਸਕਦੇ ਹੋ, ਅਤੇ ਤੁਸੀਂ ਉਹਨਾਂ 'ਚ ਕਦੀ ਵੀ ਆਪਣੇ ਵਰਕ ਪਰਮਿਟ ਵੀ ਅਪਲਾਈ ਕਰ ਸਕਦੇ ਹੋ, ਜੇ ਕੋਈ ਸਿਸਟਮ ਨਾਲ PR ਵੀ ਅਪਲਾਈ ਹੁੰਦੀ ਹੋਊਗੀ ਉਹ ਵੀ ਕਰ ਸਕਦੇ ਹੋ। ਸੋ ਐਕਸੈਸ ਬਹੁਤ ਵੱਡਾ ਮਿਲ ਜਾਂਦਾ। ਸਕੋਰ ਕਿੰਨਾ ਕੁ ਚਾਹੀਦਾ ਹੁੰਦਾ ਐਜੂਕੇਸ਼ਨਲ? ਸਕੋਰ ਜਿਹੜਾ ਐਜੂਕੇਸ਼ਨਲ ਜੀ ਉਹ ਬੇਸਿਕ ਹੈ, 60% ਪਲੱਸ ਟੂ ਹੋਣੇ ਚਾਹੀਦੇ ਆ, PT ਜਿੱਦਾਂ ਮੈਂ ਦੱਸਿਆ 50 ਓਵਰਆਲ, 42 ਹੋਣਾ ਚਾਹੀਦਾ। ਫੀਸ ਇਹਦੀ 10 ਕੁ ਲੱਖ ਦੇ ਲਾਗੇ ਛਾਗੇ ਰਹੂਗੀ ਇੱਕ ਸਾਲ ਦੀ, ਔਰ 10 ਕੁ ਲੱਖ ਹੀ ਤੁਹਾਨੂੰ ਇੱਕ ਬਲੌਕ ਅਕਾਊਂਟ ਬਣਾਉਣਾ ਪੈਂਦਾ। ਬਲੌਕ ਅਕਾਊਂਟ ਬਿਲਕੁਲ ਕੈਨੇਡਾ ਦੇ GIC ਵਰਗਾ, ਕਿ ਤੁਸੀਂ ਉਹਦੇ 'ਚ ਪੈਸੇ ਪਾਓਗੇ, ਉੱਥੇ ਜਾ ਕੇ ਤੁਹਾਨੂੰ ਕਿਸ਼ਤਾਂ 'ਚ ਮਿਲਣਗੇ, ਦੈਟਸ ਇਟ। ਤੋ ਉਹ ਬਲੌਕ ਅਕਾਊਂਟ ਬਣਾਉਣਾ ਪੈਂਦਾ, ਬਲੌਕ ਅਕਾਊਂਟ ਬਣਾ ਕੇ ਔਰ ਤਕਰੀਬਨ 10 ਲੱਖ ਆਪਣੀ ਫੀਸ ਦੇ ਕੇ ਤੁਸੀਂ ਆਪਣਾ ਜਿਹੜਾ ਵੀਜ਼ਾ ਜਰਮਨੀ ਦਾ ਉਹ ਹਾਸਲ ਕਰ ਸਕਦੇ। ਸੋ ਸਕਸੈਸ ਰੇਟ ਪ੍ਰੈਜ਼ੈਂਟਲੀ ਕਿੱਦਾਂ ਦਾ? ਬਹੁਤ ਸ਼ਾਨਦਾਰ ਹੈ। ਇਸ ਟਾਈਮ ਪੂਰੇ ਯੂਰਪ ਦੀ ਗੱਲ ਕਰੀਏ, ਮਾਲਟਾ ਇਸ ਤੋਂ ਵੀ ਵਧੀਆ, ਕਿਉਂਕਿ ਮਾਲਟਾ ਇੱਕ ਤਾਂ ਕੋਈ ਬਲੌਕ ਅਕਾਊਂਟ ਨਹੀਂ ਬਣਾਉਣਾ ਪੈਂਦਾ, ਉਹ ਬੱਚੇ ਦਾ 10 ਲੱਖ ਬਚ ਜਾਂਦਾ ਔਰ ਸਿੱਧਾ ਆਪਣਾ ਉਹ ਵੀਜ਼ਾ ਹਾਸਲ ਕਰ ਲੈਂਦਾ, ਗੈਪ ਵੀ ਚੱਲ ਜਾਂਦਾ, ਵਿਦਆਊਟ ਆਈਲੈਟਸ PT ਵੀ ਚੱਲ ਜਾਂਦਾ। ਸੋ ਉਹਦਾ ਬੈਨੀਫਿਟ ਹੋ ਜਾਂਦਾ। ਬਟ ਯੈਸ, ਜਿਹੜੇ ਬੱਚੇ ਜਰਮਨੀ ਜਾਣਾ ਚਾਹੁੰਦੇ ਆ, ਮੋਸਟ ਵੈਲਕਮ। ਬਟ ਜਰਮਨੀ ਜ਼ਿਆਦਾ ਐਂਟਰਟੇਨ ਕਰਦਾ ਆ ਸਟੈਮ ਸਟੂਡੈਂਟਸ ਨੂੰ। ਸਟੈਮ ਸਟੂਡੈਂਟ ਮਤਲਬ ਸਟੂਡੈਂਟ ਰਿਲੇਟਿਡ ਟੂ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥਮੈਟਿਕ, ਮਤਲਬ ਮੈਡੀਕਲ, ਨੋਨ ਮੈਡੀਕਲ, ਕਾਮਰਸ, ਆਰਟਸ ਵਾਲੇ। ਇਹਦੇ 'ਚ ਥੋੜ੍ਹਾ ਰਿਸਕ ਤਾਂ ਰਹਿੰਦੇ ਨੇ, ਉਹ ਮਾਲਟਾ ਲੈ ਲੈਣ, ਉੱਥੇ ਹੋਸਪਿਟੈਲਿਟੀ ਸੈਕਟਰ ਕਾਫੀ ਜ਼ਿਆਦਾ ਵਧੀਆ, ਸੋ ਉਹਦੇ 'ਚ ਨਿਕਲ ਸਕਦੇ। ਸੋ ਸਟੂਡੈਂਟ, ਜੇ ਤੁਸੀਂ ਵੀ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਇਲਾਵਾ ਆਪਸ਼ਨਸ ਕੀ ਨੇ ਐਕਸਪਲੋਰ ਕਰ ਰਹੇ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ, ਕਿਉਂਕਿ ਨਵੀਆਂ ਕਈ ਆਪਸ਼ਨਸ ਡਿਵੈਲਪ ਹੋ ਰਹੀਆਂ, ਸਟੂਡੈਂਟਸ ਇੰਟਰਸਟ ਸ਼ੋਅ ਕਰ ਰਹੇ ਨੇ, ਉਹ ਸਾਰੀਆਂ ਆਪਸ਼ਨਸ ਰੈਗੂਲਰ ਬੇਸਿਸ 'ਤੇ ਅਸੀਂ ਇਸ ਚੈਨਲ 'ਤੇ ਸ਼ੇਅਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ, ਥੈਂਕ ਯੂ।
ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।